ਅਸਲਾਮੁਆਲਿਕਮ ਰahmatullahi व बरकात मैं हा ਤੁਹਾਡਾ ਆਪਣਾ ਸ਼ਹਾਜ਼ ਰਸੂਲ ਹੈ ਅੱਜ ਇਹ ਬੜੇ ਅਹਿਮ ਮੌਜੂਦੇ ਉੱਤੇ ਮੈਂ ਗੱਲ ਕਰਾਂਗਾ ਕਿ ਅਸੀਂ ਜਿਹੜੇ ਜਾਨਵਰ ਰੱਖੇ ਨੇ ਇਹਨਾਂ ਕੋਲੋਂ ਅਸੀਂ ਨਫਾ ਕਿਸ ਤਰ੍ਹਾਂ ਲੈ ਸਕਨੇ ਆ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗਾ ਦਿਆਂਗਾ ਤੁਹਾਨੂੰ ਕੁਝ ਗੁਰ ਹੈ ਸਭ ਤੋਂ ਪਹਿਲਾਂ ਦੇਖੋ ਕੋਈ ਵੀ ਡੇਰੀ ਫਾਰਮਿੰਗ ਦਾ ਬਿਜ਼ਨਸ ਹੈ ਨਾ ਤੇ ਜਾਂ ਤੇ ਕੰਮ ਕੀਤਾ ਜਾਂਦਾ ਹੈ ਦੁੱਧ ਲੈਣ ਵਾਤੇ ਭਾਈ ਦੁੱਧ ਲਾਂਗੇ ਉਹਨੂੰ ਵੇਚਾਂਗੇ ਤੇ ਆਪਣਾ ਜਿਹੜਾ ਰਨਿੰਗ ਸਾਡੇ ਖਰਚੇ ਨੇ ਉਹ ਜਾਨਵਾਰਾਂ ਦੇ ਤੇ ਆਪਣੇ ਅਸੀਂ ਪੂਰੇ ਕਰਾਂਗੇ ਜਾਂ ਡੈਰੀ ਫਾਰਮਿੰਗ ਦਾ ਬਿਜ਼ਨਸ ਕੀਤਾ ਜਾਂਦਾ ਹੈ ਆ ਯਾਨੀ ਗੋਸ਼ਟ ਦੀ ਪੈਦਾਵਾਰ ਹਾਸਲ ਕਰਨੇ ਵਾਤੇ ਜਿਹਨੂੰ ਅਸੀਂ ਫੈਟਨਿੰਗ ਦਾ ਬਿਜ਼ਨਸ ਕਹਿੰਦੇ ਆ ਜਾਂ ਇਹ ਕੰਮ ਕੀਤਾ ਜਾਂਦਾ ਹੈ ਆ ਬਰੀਡ ਬਣਾਉਣ ਵਾਤੇ ਕੁਝ ਲੋਕ ਨੇ ਜਿਹੜੇ نسل ਤੇ ਕੰਮ ਕਰਦੇ ਨੇ ਜਾਂ ਆ ਇਸ ਕੰਮ ਦੇ ਵਿੱਚੋਂ ਕੁਝ ਲੋਕ ਜਾਨਵਰਾਂ ਦੀ ਖਰੀਦਾਰੀ ਕਰਕੇ ਉਹਨਾਂ ਨੂੰ ਵੇਚ ਕੇ ਤੇ ਆਪਣਾ ਨਫਾ ਕੱਢਦੇ ਨੇ ਜਾਂ ਕੁਝ ਲੋਕ ਕੰਮ ਕਰਦੇ ਨੇ ਝੋਟੀਆਂ ਤੇ ਉਹ ਜਾਨਵਰ ਤਿਆਰ ਕਰਕੇ ਸੇਲ ਕਰਦੇ ਨੇ ਜਾਂ ਬੱਚੀਆਂ ਤੇ ਕੰਮ ਕਰਦੇ ਨੇ ਆ ਜਾਂ ਕੁਝ ਲੋਕ ਨੇ ਜਿਹੜੇ ਛੋਟੇ ਯਾਨੀ ਬਛਰੀਆਂ ਬਛਰੇਆਂ ਤੇ ਕੰਮ ਕਰਦੇ ਨੇ ਜਾਂ ਕੁਝ ਲੋਕ ਜਿਹੜੇ ਨੇ ਉਹ ਕੁਰਬਾਨੀ ਦੇ ਜਾਨਵਰ ਜਿਹੜੇ ਨੇ ਉਹ ਲੈ ਕੇ ਤੇ ਕੁਰਬਾਨੀ ਦੇ ਦਿਨਾਂ ਦੇ ਵਿੱਚ ਵੇਚ ਕੇ ਤੇ ਉਹਨਾਂ ਤੋਂ ਨਫਾ ਕੱਟਦੇ ਨੇ ਯਾਨੀ ਕਿਸੇ ਨਾ ਕਿਸੇ ਐਂਗਲ ਤੋਂ ਕਿਸੇ ਨਾ ਕਿਸੇ ਪੁਆਇੰਟ ਦੇ ਉੱਤੇ ਕੁਝ ਲੋਕ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਅੱਜ ਮੈਂ ਮੁਹਾਤਬਾ ਆਪਣੇ ਛੋਟੇ ਫਾਰਮਰਸ ਦੇ ਨਾਲ ਕਿ ਸਾਡਾ ਆਮੂਮੀ ਤਰੀਕਾ ਕਰ ਕੀ ਹੈ ਕਿ ਸਾਡੇ ਡੇਰੇ ਤੇ ਅਗਰ 15 20 30 40 50 ਜਾਨਵਰ ਨੇ ਤੇ ਅਸੀਂ ਭయ్యా ਕੁ ਵਕਤ ਮਿਲਕਿੰਗ ਤੇ ਵੀ ਕੰਮ ਕਰ ਰਹੇ ਹੁੰਨੇ ਆ ਬਰੀਡਿੰਗ ਤੇ ਵੀ ਕੰਮ ਕਰ ਰਹੇ ਹੁੰਨੇ ਆ ਗੋਸ਼ ਦੇ ਉੱਤੇ ਵੀ ਕੰਮ ਕਰ ਰਹੇ ਹੁੰਨੇ ਆ ਛੋਟੇ ਬਛੜੇ ਬਛੜੇ ਆ ਵੀ ਜਿਹੜਾ ਪਾਲ ਰਹੇ ਹੁੰਨੇ ਆ ਤੇ ਸਾਡੇ ਕੋਲ ਐਟ ਅ ਟਾਈਮ ਦਿਲ ਚਾਏ ਸਾਡੇ ਫਾਰਮ ਦੇ ਉੱਤੇ ਡੇਰੇ ਦੇ ਉੱਤੇ 100 ਜਾਨਵਰ ਹੋਵੇ ਨਾ ਤੇ ਅਗਰ ਕਦੀ ਸਾਡੇ ਕੋਲ ਕੋਈ ਪੁੱਛੇ ਨਾ ਕਿ ਭਾਈ ਜੀ ਤੁਸੀਂ ਜਾਨਵਰ ਰੱਖੇ ਨੇ ਤੁਹਾਡਾ ਦੁੱਧ ਕਿੰਨਾ ਹੁੰਦਾ ਹੈ ਤੇ ਦੁੱਧ ਦੱਸਣ ਲੱਗਿਆ ਨਾ ਅਸੀਂ ਝਕਨੇ ਆ ਕਿ ਯਾਰੇ ਬੰਦਾ ਕੀ ਆਖੇਗਾ ਕਿ ਭਈ ਇਹਨੇ ਜਾਨਵਰ ਰੱਖੇ ਨੇ ਤੇ ਦੁੱਧ ਦੇਣਾ ਕੀ ਇਹ ਜਿਹੜਾ ਨਾ ਉਹ ਵਜ੍ਹਾ ਕੀ ਹੁੰਦੀ ਹੈ ਵਜ੍ਹਾ ਹੁੰਦੀ ਹੈ ਕਿ ਨਾ ਅਸੀਂ ਪ੍ਰਾਪਰ ਮਿਲਕਿੰਗ ਤੇ ਕੰਮ ਕਰ ਰਹੇ ਹੁੰਨੇ ਆ ਨਾ ਪ੍ਰਾਪਰ ਬਰੀਡਿੰਗ ਤੇ ਕੰਮ ਕਰ ਰਹੇ ਹੁੰਨੇ ਆ ਨਾ ਅਸੀਂ ਪ੍ਰਾਪਰ ਫੈਟਿੰਗ ਤੇ ਕੰਮ ਕਰ ਰਹੇ ਹੁੰਨੇ ਆ ਨਾ ਅਸੀਂ ਪ੍ਰਾਪਰ ਜਿਹੜਾ ਨਾ ਉਹ ਯਾਨੀ ਉਸ ਤਰ੍ਹਾਂ ਛੋਟੇ ਜਾਨਵਰਾਂ ਦਾ ਧਿਆਨ ਰੱਖਣਿਆ ਕਿ ਸਾਡੇ ਸਿਸਟਮ ਦਾ ਜਲਦੀ ਤੋਂ ਜਲਦੀ ਹਿੱਸਾ ਬਣਨਾਂ ਯਾਨੀ ਅਸੀਂ ਅਗਰ ਯਾਨੀ ਪਰਫੈਕਸ਼ਨ ਵੇਖੀਏ ਨਾ ਯਾਨੀ ਅਸੀਂ ਕੋਈ ਵੀ ਕੰਮ ਪਰਫੈਕਟ ਨਹੀਂ ਕਰ ਰਹੇ ਹੁੰਦੇ ਅਸੀਂ یوں ਸਮਝ ਲਓ ਕਿ ਉਹ ਜਿਹੜੀ ਸਾਡੀ ਇੱਕ ਐਕਟੀਵਿਟੀ ਹੁੰਦੀ ਹੈ ਨਾ ਸਾਰਾ ਨਿظام ਫਾਰਮ ਦਾ ਜਾਂ ਡੇਰੇ ਦਾ ਉਹ ਆਲ ਇਨ ਵਨ ਹੁੰਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਨਾ ਉਹ ਸਮਝ ਲਓ ਕਿ ਪੰਜਾਬੀ ਜੀ ਕਹਿੰਦੇ ਨਾ ਖੋਤੇ ਕੋੜੇ ਇਕੱਠੇ ਹੀ ਹੁੰਦੇ ਨੇ ਸਾਡੇ ਜਿਹੜਾ ਨਾ ਸਾਰੇ ਯਾਨੀ ਸਾਡੇ ਕੋਲ ਦਿਲ ਚ 10 ਮੱਝਾਂ ਹੋਣ 15 گاਵਾ ਹੋਣ 7 ਕੱਟੇ ਹੋਣ 4 ਕਟੀਆਂ ਹੋਣ 3 ਵੱਛੀਆਂ ਹੋਣ 5 ਕੱਟੇ ਹੋਣ ਪਟੇ ਛੜ ਲੈਣ ਵੇਲੇ ਸਾਡੇ ਕੋਲ ਉਹ ਜਿਹੜਾ ਨਾ ਖੋਤੀ ਖੋਤਾ ਜਾਂ ਕੋ ਕੋੜਾ ਜਾਂ ਕੋ ਦੰਤ ਵਗੈਰਾ ਸਾਡੇ ਕੋਲ ਹੁੰਦਾ ਹੈ ਗੱਲ ਕਰਨ ਦਾ ਮਕਸਦ ਹੈ ਵੇ ਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਕੰਮ ਦੇ ਵਿੱਚ ਪਰਫੈਕਸ਼ਨ ਨਹੀਂ ਲੈਵਾਂਗੇ ਨਾ ਅਸੀਂ ਉਸ ਤਰ੍ਹਾਂ ਨਫਾ ਨਹੀਂ ਕੱਢ ਸਕਦੇ ਯਾਨੀ ਹੁਣ ਦੌਰ ਦੀ ਜਿਹੜੀ ਸਪੀਡ ਹੈ ਨਾ ਤੇਜ਼ੀ ਹੈ ਇਹਦੇ ਵਿੱਚ ਆ ਕੇ ਤੇ ਸਾਨੂੰ ਆਪਣਾ ਰਵਾਇਤੀ ਸਿਸਟਮ ਥੋੜਾ ਜਿਨਾ ਤਬਦੀਲ ਕਰਨਾ ਪੈਣਾ ਹੈ ਯਾਨੀ ਸਾਨੂੰ ਕੁਆਂਟੀਟੀ ਦੀ ਬਜਾਏ ਨਾ ਕਿ ਭਾਈ ਡੰਗਰ ਕਿੰਨੇ ਨੇ ਡੰਗਰ 50 100 ਦੀ ਬਜਾਏ ਡੰਗਰ ਘੱਟ ਹੋਣ ਕੰਮ ਦੇ ਹੋਣ ਨਸਲੀ ਹੋਣ ਸਾਨੂੰ ਪੈਦਾਵਾਰ ਦੇਣ ਵਾਲੇ ਹੋਣ ਉਹ ਜ਼ਿਆਦਾ ਫਾਇਦਾ ਸਾਨੂੰ ਦੇ ਸਕਦੇ ਨੇ ਅਕਸਰ ਤੁਸਾਂ ਦੇਖਿਆ ਹੋਣਾ ਹੈ ਕਿ ਜਿਹੜੇ ਸਾਡੇ ਸ਼ਹਿਰੀ ਇਲਾਕੇ ਨੇ ਅਗਰ ਉਥੇ ਅਸੀਂ ਕੰਮ ਕਰਾਂਗੇ ਨਾ ਸਾਰਾ ਕੁਝ ਇਹ ਸਟੈਪ ਜਿਹੜਾ ਰਵਾਇਤੀ ਸਿਸਟਮ ਹੈ ਅਸੀਂ ਅਗਰ ਜਾ ਕੇ ਉਥੇ ਲਾਂਚ ਕਰਾਂਗੇ ਨਾ ਤੇ ਅਸੀਂ ਕਦੀ ਵੀ ਨਫੇ ਵਾਲ ਨਹੀਂ ਜਾ ਸਕਦੇ ਕਿਉਂਕਿ ਹਰ ਚੀਜ਼ ਜਿਹੜੀ ਹੈ ਉਹ ਮੁੱਲ ਦੀ ਹੈ ਔਰ ਅਸੀਂ ਮਾਰਕੀਟ ਚੋਂ ਖਰੀਦ ਕੇ ਤੇ ਆਪਣੇ ਜਾਨਵਰਾਂ ਤੇ ਇਸਤੇਮਾਲ ਕਰਨੇ ਆਂ ਉਸ ਸਵਾਲਾ ਕੀ ਦਾ ਹੱਲ ਕੀ ਹੈ ਦੇਖੋ ਪਹਿਲਾ ਨੁਕਤਾ ਹੈ ਕੀ ਅਗਰ ਸਿਚਣ ਨੇ ਆ ਕਿ ਡੇਰੀ ਫਾਰਮਿੰਗ ਦੇ ਵਿੱਚ ਅਸੀਂ ਨਫਾ ਕਮਾਈਏ ਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਜਾਨਵਰ ਜਿਹੜੇ ਨੇ ਉਹਨਾਂ ਦੀ نسل ਦਾ ਪਤਾ ਹੋਣਾ ਚਾਹੀਦਾ ਹੈ ਜਿਹੜਾ ਵੀ ਡੰਗਰ ਸਾਡੇ ਡੇਰੇ ਦੇ ਉੱਤੇ ਹੋਵੇ ਫਾਰਮ ਦੇ ਉੱਤੇ ਹੋਵੇ ਉਹ ਨਸਲੀ ਹੋਣਾ ਚਾਹੀਦਾ ਹੈ ਸਾਨੂੰ ਕੁਆਂਟੀਟੀ ਦੀ ਬਜਾਏ ਕੁਆਲਿਟੀ ਦੇ ਉੱਤੇ ਜਿਹੜਾ ਨਾ ਉਹ ਉਹ ਤਵੱਜੋ ਦੇਣੀ ਪੈਣੀ ਹੈ ਉਹਦੇ ਤੇ ਸਾਨੂੰ ਇਨਹਸਾਰ ਕਰਨਾ ਪੈਣਾ ਹੈ ਇਸ ਤੋਂ ਇਲਾਵਾ ਵਕਤ ਦੇ ਨਾਲ ਨਾਲ ਜਿਸ ਟਾਈਮ ਅਸੀਂ ਅਗਰ ਸ਼ਹਿਰੀ ਇਲਾਕੇ ਦੇ ਵਿੱਚ ਹੈ ਨਾ ਬਿਲਕੁਲ ਕਰੀਬਾਂ ਜਾਂ ਅਗਰ ਉੱਥੇ ਦੁੱਧ ਅੱਛੇ ਰੇਟ ਤੇ ਵਿਕਦਾ ਹੈ ਤੇ ਸਾਨੂੰ ਕਦੀ ਵੀ ਆਪਣੇ ਜਾਨਵਰ ਜਿਹੜੇ ਨੇ ਸਮਝ ਲਓ ਕਿ ਉੱਥੇ ਜਿਹੜੇ ਮੇਲ ਕਾਫ ਨੇ ਨਾ ਉਹਨਾਂ 'ਨਾਲ ਧਿਆਨ ਉਸ ਤਰ੍ਹਾਂ ਨਹੀਂ ਦੇਣਾ ਚਾਹੀਦਾ ਵਕਤ ਦੇ ਨਾਲ-ਨਾਲ ਉਹਨਾਂ ਨੂੰ ਫਰੋਖਤ ਕਰ ਦੇਣਾ ਚਾਹੀਦਾ ਔਰ ਮਿਲਕਿੰਗ ਦੇ ਜਿਹੜੇ ਐਨੀਮਲਸ ਨੇ ਉਹਨਾਂ 'ਨਾਲ ਸਾਨੂੰ ਤਵੱਜੋ ਦੇਣੀ ਚਾਹੀਦੀ ਹੈ ਵਕਤ ਦੇ ਨਾਲ-ਨਾਲ ਅਗਰ ਮਿਲਕਿੰਗ ਦਾ ਜਾਨਵਰ ਪ੍ਰਾਪਰ ਸਾਨੂੰ ਪੈਦਾਵਾਰ ਨਹੀਂ ਦੇ ਰਿਹਾ ਤੇ ਸਾਨੂੰ ਉਹ ਵਕਤ ਦੇ ਨਾਲ-ਨਾਲ ਫਰੋਖਤ ਕਰ ਦੇਣਾ ਚਾਹੀਦਾ ਉਹਨੂੰ ਫਰੋਖਤ ਕਰਾਂਗੇ ਕੁਝ ਪੈਸੇ ਹੋਰ ਪਾ ਕੇ ਤੇ ਉਹਦੀ ਜਗ੍ਹਾ ਤੇ ਅਸੀਂ ਡੰਗਰ ਖਲਵਾ ਲਾਂਗੇ ਸਾਨੂੰ ਉਹ ਜ਼ਿਆਦਾ ਪੈਦਾਵਾਰ ਜਿਹੜਾ ਨਾ ਉਹ ਦੇਗੀ ਇਸ ਤੋਂ ਇਲਾਵਾ ਸਾਨੂੰ ਕਰਨਾ ਕੀ ਚਾਹੀਦਾ ਹੈ ਕਿ ਆਪਣੀ ਲੇਬਰ ਕਾਸਟ ਜਿਹੜੀ ਹੈ ਉਹਨੂੰ ਘਟਾਉਣ ਦੀ ਸਾਨੂੰ ਕੋਸ਼ਿਸ਼ ਕਰਨੀ ਪੈਣੀ ਹੈ ਤਾਂ ਕਿ ਜਿੰਨੇ ਸਾਡੇ ਸ਼ਹਿਰਾਂ ਦੇ ਵਿੱਚ ਖਰਚੇ ਘਟ ਹੋਣਗੇ ਉਹਨਾਂ ਸਾਡਾ ਨਫਾ ਜਿਹੜਾ ਹੈ ਉਹ ਵੱਧ ਜਾਏਗਾ ਇਸ ਨੂੰ ਅਗਲਾ ਨੁਕਤਾ ਕੀ ਹੈ ਕਿ ਸਾਨੂੰ ਆਪਣੇ ਉੱਥੇ ਚੁੰਗੇ ਸਬਸ ਚਾਰੇ ਦੀ ਵੀ ਕਿੱਲਤ ਹੁੰਦੀ ਹੈ ਸਬਸ ਚਾਰਾ ਵੀ ਮਹਿੰਗਾ ਹੁੰਦਾ ਹੈ ਕੋਸ਼ਿਸ਼ ਹੈ ਕਰਨੀ ਪਵੇਗੀ ਕਿ ਸਾਨੂੰ ਉੱਥੇ ਜਿਹੜਾ ਨਾ ਉਹ ਚਾਰਾ ਜਿਆਦਾ ਸਟਾਕ ਰੱਖਣਾ ਪਵੇ ਤੂੜੀ ਦਾ ਸਟਾਕ ਰੱਖਣਾ ਪਵੇ ਰੋੜ ਗਰਾਸ ਦਾ ਸਟਾਕ ਰੱਖਣਾ ਪਵੇ ਵੰਡਾ ਜਿਆਦਾ ਸਟਾਕ ਰੱਖਣਾ ਪਵੇ ਲੇਬਰ ਕਾਸਟ ਘਟ ਤੋਂ ਘਟ ਕਰਨੀ ਪਵੇ ਤੇ ਫਿਰ ਸਾਡਾ ਨਫਾ ਜਿਹੜਾ ਉਹ ਵਧ ਸਕਦਾ ਹੈ ਸ਼ਰੀਏ ਇਲਾਕੇ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿਹੜੀ ਸਾਡੀ ਪ੍ਰੋਡਕਟ ਹੈ ਦੁੱਧ ਦੀ ਸ਼ਕਲ ਦੇ ਵਿੱਚ ਅਗਰ ਅਸੀਂ ਆਪਣਾ ਮਿਆਰ ਦੇਣ 'ਚ ਕਾਮਯਾਬ ਹੋ ਜਾਂਨੇ ਆ ਤੇ ਪੜਿਆ ਲਿਖਿਆ ਤਬਕਾ ਕੋਸ਼ਿਸ਼ ਇਹ ਕਰੇ ਕਿ ਉਹਨ ਬ੍ਰਾਂਡਿੰਗ ਦੀ ਸ਼ਕਲ ਦੇ ਵਿੱਚ ਆਪਣੀ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਉਹ ਲਾਂਚ ਕਰੇ ਜਿਸ ਟਾਈਮ ਉਹ ਵਕਤ ਦੇ ਨਾਲ-ਨਾਲ ਆਪਣੇ ਆਪ ਨੂੰ ਤਬਦੀਲ ਕਰੇਗਾ ਆਪਣੇ ਜਾਨਵਰ ਤਬਦੀਲ ਕਰੇਗਾ ਆ ਔਰ ਉਹ ਸੋਚੇਗਾ ਕਿ ਕਿਹੜਾ ਜਾਨਵਰ ਮੈਨੂੰ ਘਾਟਾ ਦਿੰਦਾ ਪਿਆ ਕਿਹੜਾ ਜਾਨਵਰ ਮੈਨੂੰ ਨਫਾ ਦਿੰਦਾ ਪਿਆ तो फिर उस तरह जाके इनी बारीकी जाएगा तो जाके तो वो नफ़ा कट सकेगा दुआज याद रखे जे, आ, अगर मेरा प्रोग्राम प्रोग्रामू तो अच्छा लगे तो लाजमी शेयर करे लाजमी सबसक्राइब कराया जे लाजमी कमेंट्स करा जे लाजमी लाइक करे तो दुआं च लाजमी याद रखे अल्लाह ताला तो मेरा हामीना आसर होम वरहत ला वरक़